ਦੇ ਮੋਹਾਲੀ ਕੋਰਟ ਹੈ ਜਿੱਥੇ ਹੁਣ ਉਮੇਸ਼ ਸਿੰਘ ਸੈਣੀ ਇੱਥੇ ਬੇਲ ਐਪਲੀਕੇਸ਼ਨ ਤੋਂ ਬਾਅਦ ਜਿਹੜੀ ਹਾਈ ਕੋਰਟ ਤੋਂ ਬੇਲ ਐਪਲੀਕੇਸ਼ਨ ਮਿਲੀ ਹੈ ਉਸ ਤੋਂ ਬਾਅਦ ਹੁਣ ਆਪਣੇ ਸੈਣੀ ਹਾਲਾਂਕਿ ਕੁਝ ਬੋਲਦੇ ਨਜ਼ਰ ਆ ਰਹੇ ਨੇ 14 ਘੰਟੇ ਤੋਂ ਬਚ ਚੁੱਕੇ ਨੇ ਲੇਕਿਨ ਹੁਣ ਉਮੇਸ਼ ਸਿੰਘ ਸੈਣੀ ਇੱਥੋਂ ਉਮੇਸ਼ ਸਿੰਘ ਸੈਣੀ ਮਾਮਲੇ 'ਚ ਆਨਰੇਬਲ ਪੰਜਾਬ ਹਰਿਆਣਾ ਹਾਈ ਕੋਰਟ ਨੇ 11:30 ਵਜੇ ਹੁਣੇ ਜਜਮੈਂਟ ਪ੍ਰਨਾਊਂਸ ਕੀਤੀ ਆ ਜਿਹਦੇ 'ਚ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਆ ਕਿ ਉਮੇਸ਼ ਸਿੰਘ ਸੈਣੀ ਦੀ ਜਿਹੜੀ ਕਸਟਡੀ ਸੀ ਇਸ ਕੇਸ 'ਚ FIR ਨੰਬਰ 11 'ਚ ਇਲੀਗਲ ਸੀ ਅਨਜਸਟੀਫਾਈਡ ਸੀ ਅਗੇਂਸਟ ਵਾਇਲੇਸ਼ਨ ਆਫ ਦਾ ਅਰਲੀਅਰ ਹਾਈ ਕੋਰਟ ਆਰਡਰ ਸੀ ਇਸ ਕਰਕੇ ਇਹਨਾਂ ਨੂੰ ਫੋਰਥ ਵਿਦ ਰਿਲੀਜ਼ ਕੀਤਾ ਜਾਵੇ ਦੈਟ ਇਜ਼ 1 ਸੈਕਿੰਡ ਇਹਨਾਂ ਨੇ ਕਿਹਾ ਜੇ ਇਹਨਾਂ ਨੂੰ ਦੁਬਾਰਾ ਕਿਸੇ ਕੇਸ 'ਚ ਇਸ ਕੇਸ 'ਚ ਦੁਬਾਰਾ ਇਹਨੂੰ ਜੇ ਤੁਸੀਂ ਵਿਜੀਲੈਂਸ ਚਾਹੁੰਦੀ ਆ ਤਾਂ 7 ਦਿਨ ਦਾ ਪ੍ਰਾਇਰ ਨੋਟਿਸ ਦੇ ਕੇ ਫਿਰ ਹੀ ਇਹਨਾਂ ਨੂੰ ਬੁਲਾ ਸਕਦੀ ਆ ਅਰੈਸਟ ਕਰ ਸਕਦੀ ਆ ਬਿਨਾਂ ਨੋਟਿਸ ਤੋਂ ਹਾਈ ਕੋਰਟ ਦੀ ਆਰਡਰ ਦੀ ਉਲੰਘਣਾ ਇਹ ਫਲੈਗਰੈਂਟ ਮਿਸਯੂਜ ਆਫ ਦਾ ਪਾਵਰ ਬਾਏ ਦਾ ਪੁਲਿਸ ਐਂਡ ਮਿਸਯੂਜ ਆਫ ਦਾ ਪਾਵਰ ਬਾਏ ਦਾ ਵਿਜੀਲੈਂਸ ਦਿਸ ਇਜ਼ ਦਾ ਆਰਡਰ।